अमृतपाल सिंह दे नाल जुड़ी इस वेले दी वड्डी जानकारी तुहाडे नाल सांझी करदे हां। सिमरनजीत सिंह मान ने अमृतपाल सिंह दा पक्ष रखिया है। उन्हां कहा कि सिखां दी किरदारकुशी कीती जा रही है। सिमरनजीत सिंह मान अमृतसर पहुंचे। संगरूर तो सांसद सिमरनजीत सिंह मान ने पंजाब दे माहौल बारे चिंता जताई है। उन्हां कहा कि सिख कौम की स्थिति खतरे में हो गई है। दूजे लोगों के मन में साडे बारे शक पा रहे हैं। सिखां दी किरदारकुशी कीती जा रही है। आओ सुनते हाँ सिमरनजीत सिंह मान की मीडिया के नाल हुई गलबात। वाहेगुरू जी का खालसा वाहेगुरू जी की फतेह। अज पंजाब की सिख कौम की स्थिति बहुत खतरे के हो गई है। ना तो कोई हिंदुओं के नाल, ना मुसलमानों नाल, ना ईसाइयों नाल सिखां का झगड़ा होया है। तो जिमें इंडिया दिया न्यूज़ चैनल्स साढ़े सिखां दे विरोध दे विच इन्ना प्रचार कर रही है कि दूसरे लोकां दे मनां दे विच साढ़े बारे शक पा रहे है। तुहानूं पता है कि पति ते पत्नी दा रिश्ता सब तो ज़्यादा मजबूत हुंदा है, पर इस रिश्ते दे विच जे शक पै जे तां अंत नूं तां फिर तलाक ही हुंदा। ते फिर की इंडिया चाहुंदा है कि हुण तलाक होना चाहीदा। साडे जनरल सैकटरी मेरी प्रेस नोट पढ़ दिंदे है, उस तों मैं बाद तुहाडे भी जिहड़े सवाल होणगे उहनां दे जवाब दूंगा। कोई चीज़ां मैं बोलूँगा, ਬਲੇਰ ਸਾਹਿਬ ਪੜ੍ਹ ਕੇ ਸੁਣਾਇਓ ਜਰਾ। ਸਭ ਤੋਂ ਪਹਿਲਾਂ ਕੁਝ ਜ਼ਰੂਰੀ ਤੱਤਾਂ ਦੇ ਆਪਾਂ ਗੱਲ ਕਰਦੇ ਹਾਂ ਜੀ। 23 ਫਰਵਰੀ ਨੂੰ ਅਜਨਾਲਾ ਵਿੱਚ ਜੋ ਕੁਝ ਹੁੰਦਾ ਹੈ ਉਸ ਤੋਂ ਪਹਿਲਾਂ ਜਾਂ ਬਾਅਦ ਵਿੱਚ ਅੰਮ੍ਰਿਤਪਾਲ ਸਿੰਘ ਕੀ ਕਰਦੇ ਸਨ? ਅੰਮ੍ਰਿਤ ਸੰਚਾਰ ਕਰਦੇ ਰਹੇ ਸੀ, ਨੌਜਵਾਨਾਂ ਨੂੰ ਨਸ਼ੇ ਦੀ ਦਲਦਲ 'ਚੋਂ ਕੱਢ ਰਹੇ ਸੀ, ਨੌਜਵਾਨਾਂ ਨੂੰ ਸਿੱਖ ਰਵਾਇਤਾਂ ਨਾਲ ਜੋੜ ਰਹੇ ਸਨ। ਅਸਲ ਵਿੱਚ ਇਹ ਸਾਰੇ ਕੁਝ ਕਾਰਨ ਜੋ SGPC ਨੇ ਕਰਨੇ ਸੀ, ਪਰ ਇੱਕ ਪਰਿਵਾਰ ਨੇ SGPC ਨੂੰ ਉਹਨਾਂ ਦੇ ਕੰਮਾਂ ਤੋਂ ਹਟਾ ਕੇ ਲੀਡਰਾਂ ਦੀ ਸੇਵਾ ਵਿੱਚ ਲਾਇਆ ਹੋਇਆ। ਫਿਰ ਅਜਿਹੇ ਵਿੱਚ ਸਿੱਖੀ ਦੇ ਕਾਰਜ ਕਰਦੇ ਨੌਜਵਾਨਾਂ ਨਾਲ ਧੱਕਾ ਕਰਨਾ ਅਤੇ ਇਸ ਦੇ ਧੱਕੇ ਖਿਲਾਫ਼ SGPC ਦਾ ਕੋਈ ਵੱਡਾ ਕਦਮ ਨਾ ਚੁੱਕਣਾ ਬਹੁਤ ਸਵਾਲ ਖੜ੍ਹੇ ਕਰਦਾ ਹੈ। ਦੂਜਾ ਵੱਡਾ ਸਵਾਲ, ਪੰਜਾਬ ਦੀ ਨੌਜਵਾਨੀ ਦੇ ਦੁਸ਼ਮਣ ਬਣੀ ਝਾੜੂ ਦੀ ਸਰਕਾਰ ਅਤੇ ਹੈ ਜਿਸ ਨੇ ਪੰਜਾਬ ਵਿੱਚ ਆਪਰੇਸ਼ਨ ਸ੍ਰੀ ਭਗਵੰਤ ਚਲਾਇਆ, ਜਿਸ ਦਾ ਸਾਰਾ ਮੁੱਢ 2 ਮਾਰਚ ਨੂੰ ਸ਼੍ਰੀ ਭਗਵੰਤ ਮਾਨ ਸਾਹਿਬ ਅਤੇ ਸ਼੍ਰੀ ਅਮਿਤ ਸ਼ਾਹ ਦੇ ਘਰ ਬੈਠ ਤਿਆਰ ਕਰਦੇ ਨੇ ਅਤੇ ਪੰਜਾਬ ਵਿੱਚ 19 ਟੁਕੜੀਆਂ ਕੇਂਦਰੀ ਸੁਰੱਖਿਆ ਏਜੰਸੀਆਂ ਦੀ ਲੈ ਕੇ ਆਉਂਦੇ ਨੇ। ਫਿਰ ਸ਼ੁਰੂ ਹੁੰਦਾ ਹੈ ਪੰਜਾਬ ਵਿੱਚ G20। G20 ਖਤਮ ਹੋਣ ਦਾ ਇੰਤਜ਼ਾਰ ਅਤੇ ਸਰਦਾਰ ਸਿੱਧੂ ਮੂਸੇਵਾਲੇ ਦੀ ਬਰਸੀ 'ਤੇ ਤੋਂ ਇੱਕ ਦਿਨ ਪਹਿਲਾਂ ਆਪਰੇਸ਼ਨ ਸ਼੍ਰੀ ਭਗਵੰਤ ਦਾ ਦਿਨ ਹੁੰਦਾ ਪੱਕਾ, ਤਾਂ ਜੋ 1 ਤਰੀਕ 1 ਤੀਰ ਨਾਲ 2 ਨਿਸ਼ਾਨੇ ਲੱਗ ਜਾਣ, ਇੱਕ ਸਿੱਖ ਨੌਜਵਾਨ ਨੂੰ ਸਿੱਖ ਨੌਜਵਾਨ ਡਰ ਜਾਣ ਅਤੇ ਪੰਥ ਦੀ ਗੱਲ ਨਾ ਕਰਨ, ਦੂਜਾ ਸਰਦਾਰ ਮੂਸੇਵਾਲ ਦੀ ਬਰਸੀ ਦਾ ਪ੍ਰੋਗਰਾਮ ਸਫਲ ਨਾ ਹੋ ਸਕਣ। ਫਿਰ 18 ਤਰੀਕ ਨੂੰ ਆਪਰੇਸ਼ਨ ਸ਼੍ਰੀ ਭਗਵੰਤ ਨੂੰ ਸ਼ੁਰੂ ਕਰਨ ਦੀ ਸ਼ਾਹਕੋਟ ਵਿੱਚ 80 ਹਜ਼ਾਰ ਮੁਲਾਜ਼ਮ ਲਾਇਆ ਗਿਆ ਅਤੇ ਅੰਮ੍ਰਿਤਪਾਲ ਨੂੰ ਸਾਥੀਆਂ ਸਮੇਤ ਘੇਰ ਲਿਆ ਜਾਂਦਾ। 6 ਸਾਥੀ ਗ੍ਰਿਫਤਾਰ ਹੁੰਦੇ ਨੇ ਅਤੇ ਪੁਲਿਸ ਨੇ ਕਿਹਾ ਅੰਮ੍ਰਿਤਪਾਲ ਫਰਾਰ ਹੋ ਗਿਆ। ਜੇ ਸੱਚਮੁੱਚ ਇਹ ਹੋਇਆ ਤਾਂ ਮਤਲਬ ਕੇਂਦਰ ਅਤੇ ਪੰਜਾਬ ਦੀਆਂ ਏਜੰਸੀਆਂ ਅਤੇ ਆਪਰੇਸ਼ਨ ਭਗਵੰਤ ਫੇਲ ਹੋ ਗਿਆ ਅਤੇ ਗੁਰੂ ਸਾਹਿਬ ਨੇ ਆਪਣੇ ਸਿੱਖ ਦਾ ਸਹਾਰਾ ਬਣਿਆ। ਪਰ ਜਿਸ ਤਰੀਕੇ ਨਾਲ ਸਿੱਖਾਂ ਦੀ ਕਿਰਦਾਰਕੁਸ਼ੀ ਹਿੰਦੂਤਵ ਦੇ ਮੀਡੀਆ ਵੱਲੋਂ ਕੀਤੀ ਜਾ ਰਹੀ ਹੈ, ਅੰਮ੍ਰਿਤਪਾਲ ਫਰਾਰ, ਭਗੌੜਾ ਅੰਮ੍ਰਿਤਪਾਲ, ਭਗੌੜਾ ਖਾਲਿਸਤਾਨੀ, ਅੰਮ੍ਰਿਤਪਾਲ ਦਾ IS ਨਾਲ ਕਨੈਕਸ਼ਨ, ਗੁਰਦੁਆਰਾ ਸਾਹਿਬ ਵਿੱਚ ਪਸਤੌਲ ਦੀ ਨੋਕ 'ਤੇ ਕਬਜ਼ਾ ਕੀਤਾ, ਅੰਮ੍ਰਿਤਪਾਲ ਦਾ ਦੇਹ ਵਪਾਰ ਦੇ ਕੰਮ, ਆਪਣੀ ਘਰਵਾਲੀ ਨਾਲ ਕੁੱਟਮਾਰ ਕਰਦਾ ਸੀ ਅੰਮ੍ਰਿਤਪਾਲ, ਅੰਮ੍ਰਿਤਪਾਲ 'ਤੇ ਸਿੱਖਾਂ ਦਾ ਪੈਂਟ ਸ਼ਰਟ ਪਾਉਣਾ ਵੀ ਗੁਨਾਹ ਬਣਾ ਦਿੱਤਾ ਗਿਆ। ਇਸ ਨਾਲ ਸਿੱਖਾਂ ਨੂੰ ਬਦਨਾਮ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਭਗਵੰਤ ਜੀ ਖੁਦ ਸਿੱਖ ਹੋ ਕੇ ਸਿੱਖਾਂ ਨੂੰ ਸ਼ਰਮਿੰਦਾ ਕਰਵਾ ਰਹੇ ਸਨ, ਜਿਸ ਤੋਂ ਇਹ ਸਾਫ਼ ਹੋ ਗਿਆ ਕਿ ਭਗਵੰਤ ਹਿੰਦੂਤਵ ਦੇ ਹੱਥਾਂ ਵਿੱਚ ਖੇਡ ਰਿਹਾ ਹੈ। ਪੰਜਾਬ ਹਰਿਆਣੇ ਵਿੱਚ ਰਹਿੰਦੇ ਸਿੱਖਾਂ ਦੇ ਘਰਾਂ ਵਿੱਚ ਪੁਲਿਸ ਦੀ ਛਾਪੇਮਾਰੀ ਕਰਵਾਈ ਜਾ ਰਹੀ ਹੈ ਤਾਂ ਜੋ ਪਿੰਡਾਂ ਵਿੱਚ ਵੀ
बदनामी हो जाए तो बाकी लोग सिखां नूं अतवादी समझन। जो नौजवान खालसा वीर जाते सी उन्हां दे परचे दर्ज किए हुए सी। 23 फरवरी तो पहला अमृतपाल नूं पंजाब पुलिस भी बेगुनाह दस रही सी। अकाली दल बादल दा इस घटना ते दोहरा स्टैंड सी। श्री सुखबीर बादल ते श्री हरसिमरत बादल कहिंदी नौजवानां दे कारवाई करो ते सरदार विरसा सिंह वल्टोवा कहिंदे सिखां नाल धक्का हो रहा है, अपना बादल अपना सटा साफ करन ते सिखां नाल हन स्पष्ट करन जां सिखां नाल हन जां खाखी निकरां वालिआं नाल। पंजाब दा मीडिया अज सरकार अगे लाचार हो चुकिआ क्योंकि सरकार दे नाल चलदे ने तां लोक उहनां नूं वकाऊ कहिंदे ने ते जे सच दिखाउंदे ने तां पत्रकार जगदीप थली हरपाल मखू होर अनेक चैनल बंद कर दिते जांदे ने ते मैं मीडिया जिहड़ा मीडिया वो चैनल जो बंद होए ने साडे नाल संपर्क करन असीं उहनां दे इक जुट हो के कोई भी कानूनी कार्रवाई जिहड़ी है कानूनी राह अपनाईए। जदों बरगाड़ी गोलीकांड होया ਤਾਂ ਉਹ ਸਾਰੇ ਪੁਲਿਸ ਮੁਲਾਜ਼ਮ ਅਤੇ ਕਾਰਵਾਈ ਚੱਲ ਰਹੀ ਹੈ। ਉਸ ਤਰ੍ਹਾਂ ਦੇ ਹਾਲਾਤ ਹਰੇਕ ਪੱਤਨ ਹਰੀਕੇ ਪੱਤਨ ਅਤੇ ਸੋਹਾਣਾ ਸਾਹਿਬ ਚੱਲ ਰਹੇ ਹਨ। ਪ੍ਰਸ਼ਾਸਨ ਵਿੱਚ ਬਣਾਏ ਗਏ ਜਿੱਥੇ ਬਜ਼ੁਰਗ ਸਿੱਖ ਚੱਕ ਚੱਕ ਪੁਲਿਸ ਵੱਲੋਂ ਗੱਡੀਆਂ ਵਿੱਚ ਸੁੱਟੇ ਗਏ, ਦਸਤਾਰਾਂ ਉਤਾਰੀਆਂ ਗਈਆਂ ਅਤੇ ਗੱਡੀਆਂ 'ਤੇ ਹੋਰਨਾਂ ਸਾਧਨਾਂ ਦੀ ਭੰਨ ਤੋੜ ਵੀ ਕੀਤੀ ਗਈ। ਇਸ ਦੇ ਸਾਰੇ ਵੀਡੀਓ ਪਰੂਫ ਪਾਰਟੀ ਦੇ ਲੀਗਲ ਸੈੱਲ ਕੋਲ ਪਹੁੰਚ ਚੁੱਕੇ ਹਨ, ਜਿਸ ਉੱਤੇ ਬਹੁਤ ਜਲਦ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਅਪੀਲ NRI ਸਿੱਖਾਂ ਨੂੰ ਅਪੀਲ ਕਰਦੇ ਹਾਂ ਕਿ ਵਿਦੇਸ਼ਾਂ ਵਿੱਚ ਜਿੰਨੇ ਵੀ ਪ੍ਰਦਰਸ਼ਨ ਕਰ ਰਹੇ ਹਨ ਉਹਨਾਂ ਨੂੰ ਸ਼ਾਂਤਮਈ ਰੱਖੋ ਕਿਉਂਕਿ ਆਪਾਂ ਹਿੰਦੂਤ ਦੇ ਮੀਡੀਆ ਨੂੰ ਕੋਈ ਮੌਕਾ ਨਹੀਂ ਦੇਣਾ ਜਿਸ ਨਾਲ ਉਹ ਦੁਨੀਆ ਵਿੱਚ ਸਿੱਖਾਂ ਨੂੰ ਬਦਨਾਮ ਕਰ ਸਕਣ। ਦੂਸਰੀ ਬੇਨਤੀ, ਪੰਜਾਬ ਦੇ ਪਿੰਡਾਂ ਵਿੱਚ ਵੱਸਦੇ ਸਿੱਖਾਂ ਨੂੰ ਇਕੱਠੇ ਹੋ ਕੇ ਪਿੰਡਾਂ ਵਿੱਚ ਮਤੇ ਪਾਓ ਇਸ ਸਰਕਾਰੀ ਜ਼ੁਲਮ ਦੇ ਖਿਲਾਫ਼ ਅਤੇ ਹਰ ਰੋਜ਼ ਸਵੇਰੇ ਪਿੰਡਾਂ ਦੀਆਂ ਸੱਥਾਂ ਵਿੱਚ ਅੱਧਾ ਘੰਟਾ ਬੈਠ ਕੇ ਸਰਕਾਰੀ ਜ਼ੁਲਮ ਖਿਲਾਫ਼ ਪ੍ਰਦਰਸ਼ਨ ਕਰਨ ਤਾਂ ਜੋ ਪਿੰਡ ਪੱਧਰ ਤੋਂ ਇੱਕ ਮੁਹਿੰਮ ਬਣਾ ਕੇ ਇੱਕ ਵੱਡੀ ਰੂਪਰੇਖਾ ਤਿਆਰ ਕਰ ਸਕੀਏ। ਨੰਬਰ 3, ਕਿਸੇ ਵੀ ਸਿੱਖ ਦੇ ਘਰ ਜਾਂ ਪੁਲਿਸ ਬਿਨਾਂ ਵਾਰੰਟ ਤੋਂ ਜਾਂਦੀ ਹੈ ਤਾਂ ਕੋਈ ਵੀ ਉਹਨਾਂ ਨੂੰ ਆਪਣਾ ਪਾਸਪੋਰਟ ਜਾਂ ਬੈਂਕ ਖਾਤਾ ਨੰਬਰ ਨਾ ਦੇਵੇ। ਜੇ ਕਿਸੇ ਕਿਸਮ ਦਾ ਧੱਕਾ ਹੁੰਦਾ ਹੈ ਤਾਂ ਸਾਡੇ ਦਫ਼ਤਰ ਦੇ ਕਾਨੂੰਨੀ ਵਿੰਗ ਨਾਲ ਸੰਪਰਕ ਕਰੋ। ਨੰਬਰ ਦਫ਼ਤਰ ਦਾ ਹੈ 9783-44-432-9174-73-530। ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੌਮੀ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ, ਮੈਂਬਰ ਪਾਰਲੀਮੈਂਟ ਸੰਗਰੂਰ। ਇਹ ਬੇਨਤੀ ਜਿਹੜੀ ਹੈ ਸਾਡੀ ਪਾਰਟੀ ਪ੍ਰਧਾਨ ਨੇ ਜਿਹੜੀ ਹੈ ਸਾਰੀ ਕੌਮ ਨੂੰ ਕੀਤੀ ਹੈ। ਬਹੁਤ ਅੱਛੀ ਗੱਲ ਹੈ ਜੀ ਇਹ, ਪਰ ਉਹਨਾਂ ਨੇ SGPC ਦੇ ਇਲੈਕਸ਼ਨਾਂ ਦੀ ਮੰਗ ਨਹੀਂ ਕੀਤੀ। 328 ਸਰੂਪ ਜਿਹੜੇ ਮਹਾਰਾਜ ਸਾਹਿਬ ਦੇ ਉਹਨਾਂ ਨੇ ਚੁਰਵਾ ਦਿੱਤੇ ਹੈ, ਮਿਸਅਪ੍ਰੋਪ੍ਰੀਏਟ ਕਰਤੇ ਹੈ, ਉਹਦੀ ਗੱਲ ਨਹੀਂ ਕੀਤੀ। ਡਿਊਟੀ ਤਰਨ ਤਾਰਨ ਸਾਹਿਬ ਦੀ ਗੱਲ ਨਹੀਂ ਕੀਤੀ, ਜਿਹੜੇ 32-32 ਸਾਲਾਂ ਤੋਂ ਸਿੱਖ ਜੇਲ੍ਹਾਂ ਦੇ ਵਿੱਚ ਫਸੇ ਪਏ ਆ ਉਹਨਾਂ ਦੀ ਗੱਲ ਨਹੀਂ ਕੀਤੀ, ਨਾ ਬਾਰਡਰ ਖੋਲ੍ਹਣ ਦੀ ਗੱਲ ਕੀਤੀ ਹੈ, ਉਹ ਤਾਂ ਕੋਈ ਕੀਤੀ ਹੋਈ ਨਹੀਂ ਹੈਗੀ। ਕਹਿੰਦੇ ਅੱਜ ਵਿਸ਼ੇਸ਼ ਇਕੱਤਰਤਾ ਸਿਰਫ ਉਸ ਮਸਲੇ ਦੇ ਉੱਤੇ ਕੀਤੀ ਕਿ ਪੰਜਾਬ ਦਾ ਮਾਹੌਲ ਜਿਹੜਾ ਹੈ ਉਹਨੂੰ ਸ਼ਾਂਤ ਕੀਤਾ ਜਾਵੇ। ਹਾਂ, ਫਿਰ ਇਹ ਤਾਂ ਜਿਹੜੀਆਂ ਸਿੰਪਲ ਸਾਡੀਆਂ ਡਿਮਾਂਡਸ ਹੈਗੀਆਂ ਜਿਹੜੀਆਂ ਮੈਂ ਤੁਹਾਨੂੰ ਦੱਸੀਆਂ, ਇਹ ਹੁਣ ਸਾਡੇ ਵੱਲੋਂ ਤਾਂ ਚੜ੍ਹਾਈ ਨਹੀਂ ਕੀਤੀ ਗਈ ਹੈ, ਤਾਂ ਸੈਂਟਰ ਅਤੇ ਹਿੰਦੁੱਤਵਾ ਨੇ ਕੀਤੀ ਹੈ, ਅਤੇ ਅਸੀਂ ਤਾਂ ਸ਼ਾਂਤ ਹੈ। ਤੁਸੀਂ ਦੱਸੋ ਕੋਈ ਕਿਸੇ ਹਿੰਦੂ ਦਾ, ਕਿਸੇ ਮੁਸਲਮਾਨ ਦਾ, ਕਿਸੇ ਸਿੱਖ ਦਾ ਕਿਸੇ ਕਤਲ ਹੋਇਆ ਹੋਇਆ, ਈਸਾਈ ਦਾ, ਕਿਸੇ ਰਿਲੇਟਿਵ ਸਿੱਖ ਦਾ ਕਤਲ ਹੋਇਆ ਹੋਇਆ, ਭਰਾਵਾਂ ਵਰਗਣ ਅਸੀਂ ਰਹਿ ਰਹੇ ਹਾਂ, ਅਤੇ ਅਸੀਂ ਤਾਂ ਸ਼ਾਂਤ ਹੈਗੇ ਹਾਂ। ਪੁੱਠਾ ਅਸੀਂ ਕਾਹਦੇ ਲਈ ਸ਼ਾਂਤੀ ਬਣਾਈ ਹੈ? ਅਸੀਂ ਤਾਂ ਸ਼ਾਂਤੀ ਬਣਾਈ ਹੋਈ ਹੈ, ਸ਼ਾਂਤੀ ਤਾਂ ਹਿੰਦੁੱਤਵ ਵਾਲੇ ਬਣਾਓ। ਕੌਣ ਨੇ ਹਿੰਦੁੱਤਵ ਵਾਲੇ ਲੋਕ ਜਿਹੜੇ ਨੇ, ਕੌਣ? BJP RSS, ਤੁਹਾਨੂੰ ਸਾਰਾ ਪਤਾ, ਤੁਸੀਂ ਪ੍ਰੈਸ ਦੇ ਹੈਗੇ ਹੋ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਲੀਗਲ ਟੀਮ ਵੀ ਸਥਾਪਿਤ, ਉਹਨਾਂ ਨੇ ਵੀ ਅੱਜ ਲੀਗਲ ਟੀਮ ਦੀ ਗੱਲ ਕੀਤੀ ਕਿ ਲੀਗਲ ਟੀਮ ਅਸੀਂ ਵੀ ਸਥਾਪਿਤ ਕਰਾਂਗੇ। ਹਾਂ, ਬੜੀ ਅੱਛੀ ਗੱਲ ਹੈ ਜੀ, ਜੇ ਤੁਸੀਂ ਸਿੱਖਾਂ ਦੀ ਗੱਲ ਕਰੋਗੇ, SGPC ਦੇ ਇਲੈਕਸ਼ਨਸ ਦੀ ਗੱਲ ਕਰੋਗੇ, ਅਕਾਲ ਤਖਤ ਸਾਹਿਬ ਦਾ ਜਾਇਜ਼ ਕਾਨੂੰਨੀ ਤੌਰ 'ਤੇ ਅਕਾਲ ਤਖਤ ਦਾ ਜਥੇਦਾਰ ਬਣੂੰਗਾ ਜਦੋਂ ਇਲੈਕਸ਼ਨਸ ਹੋ ਗਏ। ਇਹ ਤਾਂ ਪਾਰਲੀਮੈਂਟ ਤਾਂ ਭੰਗ ਕੀਤੀ ਹੋਈ ਹੈ 12 ਸਾਲ ਤੋਂ, ਤਦੇ ਉੱਥੇ ਬਹੁਤ ਭਾਰੀ ਰੋਸ ਨਜ਼ਾਰੇ ਹੋਏ ਆ, ਤੁਸੀਂ ਰਿਕਾਰਡ ਕੀਤੇ ਹੋਣਗੇ, ਉਹ ਕਾਹਦੇ ਲਈ ਹੋਏ ਆ?
जो करके सिखां दा विश्वास इन्हां लोकां तों चढ़िया गया। दूसरा एचपीसी प्रेसिडेंट ने कहा है कि जिहड़े लोकां ने गलत सिखां दा अक्स बगाड़िया उन्हां दे खिलाफ कानूनी कार्रवाई भी कीती होगी, चाहे वह नैशनल मीडिया भी क्यों ना हो। जो नैशनल मीडिया की यह कोई यह यह परमात्मा है जिहड़ा उन्हें छड्डना है, क्यों ना हो नैशनल मीडिया। कौन हुंदा सिखां दी बदनामी करन दा? साढ़े कोल मीडिया नहीं, साढ़े मेरा तो अपना जिहड़ा वो ट्विटर है वह भी सस्पेंड करवाता है। किन्ने जर्नलिस्ट नू अंदर कर दिता है तो किनिया चैनल साढ़िया बंद कीतिया गई हैं। साढ़े उत्ते तो चार सफेरियों इन्होंने जुल्म दी नेरी लियांदी हुई है। आता मेरे को मैं उन्होंने जवाब की देव। गुरु साहब का सिद्धांत है मेरी पीरी का, श्री गुरु हरगोबिंद साहब का, तो सिर्फ भाइयों सद लेना तो उ मीटिंग करनी है तो नजायज़ है कि यह सियासी जड़िया पार्टियां है मेरी पीरी दियाँ उन्होंने भी सदना चाहिए सी, पर क्यों करके उन्होंने को मैंडेट ही है नहीं गी कि वह सारे सद सकन, इस करके उन्होंने सदे नहीं। तद रौला पिया बहुत ज़्यादा, तो एन एस ए दे विच जिहड़े साडे गिरफ्तार करके डिब्रूगढ़ लेके गए है उत्थे मैं भी मिलन जाऊँगा। पहला अंग्रेज़ तो साडे सिखां नूं ते इंडियनस नूं भेज दिंदे सी काला पानी अंडमान आइलैंड्स दे विच, ते हुण नवी गल है कि सिखां नूं फड़ के आसाम भेजा जा रहा है ना। तो सुभाष चंद्र जी बोस का बुत लग्या होया जो अमृतसर च बड़ी है, मैं उन्हां दी बहुत इज्जत करता। मैं पुछदा कि वह जपानिया ते जर्मना ते इटैलियनस मुसलिनी हिटलर ते जापान दे टोजो नाल रल गए सीगे, ते जापान ने सैकंड वर्ल्ड वॉर दे विच एंडमन आइलैंड्स दा कब्जा किया सी जिथे साडे बंदी उत्थे बंद सीगे। कि बोस साहब ने उन्हां दे जनरल सीगे जापानियां दे साडे जिहड़े बंदे उत्थे कैद किए हुए सी अंग्रेज़ां ने वो छड़ाए कि नहीं, इहदा जवाब मैनू मिलना चाहिए। मैं होम मिनिस्ट्री नूं भी पुछिया पर शर्मिंदे होए इस चीज़ का जवाब ही नहीं दिंदे। असीं तां मार दिंदे आ सलूट जदों नेता जी नूं देखीदा, पर नेता जी ने फिर अपने बंदे क्यों नहीं छड़ाए जे जापानियां नाल रल गए सीगे ते जापानियां ने एंडमन आइलैंड्स दे उत्ते कैप्चर कर लिया सीगा, कब्जा कर लिया सीगा। साढ़े इंडियनस साढ़े सिख जिहड़े अंग्रेज़ राज दे नाल खिलाफ़ लड़ रहे सीगे, जापानी भी अंग्रेज़ों के खिलाफ़ लड़ रहे सीगे, नेता जी भी अंग्रेज़ों के खिलाफ़ लड़ रहे सीगे, फिर अंग्रेज़ों के खिलाफ लड़ते हुए सिख ते इंडियन कैदी उन्होंने रिहा क्यों नहीं कराया? पर इंडिया दे मीडिया नूं इतराज है कि वो पेंट ते कमीज क्यों पाउंदे इहदे च की सिख निर्मल पेंट नहीं पा सकता कि सिर्फ धोती पा सकता तुम्हें पता धोती मीडिया रिपोर्ट आ रही कि नेपाल चले गए तो फिर मैं भी तो नेपाल जा रहा सी पर फड़िया गया सी। नेपाल सिखां दा बहुत अच्छा रवैया उन्होंने नाल, महाराणी जिंद कौर उन्होंने पनाह दी सी महाराजा रणजीत सिंह दे महाराणी साहब नूं, तो असी तो नेपालियों का बहुत इज्जत करते हैं। पर इंडिया ने उन्होंने उत्ते ब्लॉकेड एक बार राजीव गांधी ने लाता सीगा, एक बार मोदी साहब ने लाता सीगा, तो सारी उन्होंने रस्त पानी पूनी सारा बंद करता। फिर चीन ने कहा जे इंडिया तुहाडे रस्ते बंद करता असी पहाड़ों के उत्तों तुहाडे रस्ते खोल देंगे, रेल गड्डियां भी बना देंगे, सड़क भी बना देंगी है, तो मेरा मतलब इंडिया नूं इन्ना नहीं सुझिया। मोदी साहब नूं ते राजीव गांधी नूं कि जे इन्हां दा रस्ता खाना पीना पेट्रोल पानी बंद कर देंगे दूजे पासे चीन बैठा वो दे दिया करूँगा।
ਇਹ ਤਾਂ ਇਹਦੇ 'ਚ ਕੰਡੀਸ਼ਨ ਹੋਣੀ ਚਾਹੀਦੀ ਹੈ ਜੀ, ਅਸੀਂ ਚੈਲੇਂਜ ਕਰ ਰਹੇ ਹਾਂ ਇਸ ਨੂੰ। ਐੱਨ ਐੱਸ ਏ ਇਸ ਤਰ੍ਹਾਂ ਨਹੀਂ ਲੱਗ ਸਕਦਾ ਬਗੈਰ ਕੋਈ। ਦੇਖੋ ਇੱਥੇ ਮੈਂ ਪੜ੍ਹਿਆ ਕਿ ਅੰਮ੍ਰਿਤਪਾਲ ਸਿੰਘ ਜੀ ਅਤੇ ਉਹਨਾਂ ਦੇ ਸਾਥੀਆਂ ਦੇ ਉੱਤੇ ਕੋਈ ਜੁਰਮ ਨਹੀਂ ਸੀਗਾ। ਜਦੋਂ ਮੂਸੇਵਾਲ ਸਾਹਿਬ ਦਾ ਭੋਗ ਪੈਣਾ ਸੀਗਾ ਉਸ ਤੋਂ ਇੱਕ ਦਿਨ ਪਹਿਲਾਂ ਐਕਸ਼ਨ ਸ਼ੁਰੂ ਕੀਤਾ ਗਿਆ ਕਿ ਮੂਸੇਵਾਲ ਸਾਹਿਬ ਦਾ ਵੀ ਭੋਗ ਖਤਮ ਕੀਤਾ ਜਾਵੇ ਅਤੇ ਅੰਮ੍ਰਿਤਪਾਲ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ ਫੜਿਆ ਜਾ ਸਕੇ। ਮਾਨ ਸਾਹਿਬ, ਆਮ ਲੋਕ ਸਵਾਲ ਕਰਨ ਲੱਗੇ ਨੇ ਕਿ ਜਿਹੜੇ ਸਿੱਖ ਨੌਜਵਾਨਾਂ ਨੂੰ ਡਿਬਰੂਗੜ੍ਹ ਲਿਜਾਇਆ ਜਾ ਰਿਹਾ ਆਸਾਮ ਦੇ ਵਿੱਚ, ਉਹਨਾਂ ਨੂੰ ਇੱਥੇ ਲਿਆ ਕੇ ਪੰਜਾਬ ਦੇ ਨੌਜਵਾਨਾਂ ਦੀ ਕੋਈ ਕਾਰਵਾਈ ਕਰਨੀ ਹੈ ਤਾਂ ਪੰਜਾਬ ਦੇ ਜ਼ਿਲ੍ਹਾ? ਹਾਂ, ਅਸੀਂ ਗਵਰਨਰ ਨੂੰ ਇਹ ਮੈਮੋਰੈਂਡਮ ਦੇਣ ਲੱਗੇ ਹੈ ਕਿ ਉਹਨਾਂ ਨੂੰ ਪੰਜਾਬ ਡਿਬਰੂਗੜ੍ਹ ਤੋਂ ਇੱਥੇ ਪੰਜਾਬ ਲੈ ਕੇ ਆਇਆ ਜਾਵੇ ਅਤੇ ਸਾਡੇ 32 ਸਾਲਾਂ ਦੇ ਜਿਹੜੇ ਕੈਦੀ ਹੈਗੇ ਆ ਉਹਨਾਂ ਨੂੰ ਰਿਹਾ ਕੀਤਾ। ਪ੍ਰਧਾਨ ਸਾਹਿਬ ਜਾ ਰਹੇ ਨੇ? ਮੈਂ ਜਾਊਂਗਾ ਜੀ। ਹਾਂ, ਜੇ ਤੁਹਾਡੇ ਚੋਂ ਇੱਕ ਜਾਣਾ ਚਾਹੂਗਾ ਉਹ ਵੀ ਮੈਂ ਲੈ ਜਾਊਂਗਾ। ਨਵੀਆਂ ਖਬਰਾਂ ਦੇਖਣ ਦੇ ਲਈ ਸਬਸਕ੍ਰਾਈਬ ਕਰੋ PBX ਨਿਊਜ਼, ਦਾ ਅਫੀਸ਼ੀਅਲ ਯੂਟਿਊਬ ਚੈਨਲ।